ਝੋਨੇ ਦੀ ਲਿਫਟਿੰਗ ਅਤੇ ਖਰੀਦ ਨਾ ਹੋਣ ਦੇ ਮਾਮਲੇ 'ਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਹੈ। ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਕਿਸਾਨਾਂ ਨੇ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ। ਦੋ ਤਸਵੀਰਾਂ ਜਲੰਧਰ ਅਤੇ ਫਿਰੋਜ਼ਪੁਰ ਦੀਆਂ ਵੇਖ ਰਹੇ ਹੋ। ਕਿਸਾਨਾਂ ਦੀ ਸਰਕਾਰ ਖਿਲਾਫ਼ ਨਾਰਾਜ਼ਗੀ ਸਾਫ਼ ਵਿਖਾਈ ਦਿੱਤੀ ਹੈ। ਕਿਸਾਨ ਆਗੂ ਜੰਗਵੀਰ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ, ਕਿਸਾਨਾਂ ਦੇ ਤਿਉਹਾਰ ਵੀ ਖਰਾਬ ਕਰ ਰਹੀ ਹੈ। ਕਿਸਾਨ ਝੋਨੇ ਦੀ ਫਸਲ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ, ਕਿਉਂਕਿ ਮੰਡੀਆਂ ਦੇ ਵਿੱਚ ਲਿਫਟਿੰਗ ਅਤੇ ਖਰੀਦ ਨਹੀਂ ਹੋ ਰਹੀ, ਜਿਸ ਕਰਕੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ 22 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਿਰਾਓ ਕੀਤੇ ਗਏ ਨੇ। ਅਸੀਂ ਅੱਜ ਜਿਹੜਾ ਇੱਥੇ ਬੈਠੇ ਹਾਂ ਫਿਰੋਜ਼ਪੁਰ ਡੀਸੀ ਦਫ਼ਤਰ ਦਾ ਘਿਰਾਓ ਕਰਕੇ ਸਾਡੇ ਕਿਸਾਨ ਬੈਠੇ, ਅਸੀਂ ਅਗਵਾਈ ਕਰ ਰਹੇ ਹਾਂ। ਔਰ ਜਿਹੜਾ ਮੰਗ ਹੈ ਸਾਡੀ ਉਹ ਇਹ ਆ ਕਿ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਝੋਨਾ ਨਹੀਂ ਖਰੀਦਿਆ ਜਾ ਰਿਹਾ, ਵੱਡੀ ਲੁੱਟ ਕੀਤੀ ਜਾ ਰਹੀ ਹੈ, ਸਰਕਾਰੀ ਖਰੀਦ ਹੈ ਜਿਹੜੀ ਸਾਡੀ ਉਹ ਤੋੜ ਦਿੱਤੀ ਹੈ। ਔਰ ਤੋੜਨ ਦੇ ਵਿੱਚ ਯੋਗਦਾਨ ਕੌਣ ਪਾ ਰਿਹਾ ਹੈ? ਪੰਜਾਬ ਦੀ ਸਰਕਾਰ, ਆੜ੍ਹਤੀ ਐਸੋਸੀਏਸ਼ਨ ਅਤੇ ਸ਼ੈਲਰਾਂ ਵਾਲੇ ਤਿੰਨੇ ਕਿਸਾਨਾਂ ਨੂੰ ਇਹ ਕਰ ਰਹੇ ਨੇ ਕਿ ਤੁਸੀਂ ਪ੍ਰਾਈਵੇਟ ਖਰੀਦ 'ਤੇ ਵੇਚ ਦਿਓ, ਸਰਕਾਰੀ ਖਰੀਦ 'ਤੇ ਬੰਦ ਹੋ ਗਈ ਔਰ ਕਿਸਾਨਾਂ ਦਾ 200-300 ਘੱਟ ਰੇਟ 'ਤੇ ਝੋਨਾ ਵੇਚਿਆ ਜਾ ਰਿਹਾ। ਇਹ ਲੁੱਟ ਰੋਕਣ ਲਈ ਜਿਹੜਾ ਅਸੀਂ ਡੀਸੀ ਦਫ਼ਤਰਾਂ ਦੇ ਘਿਰਾਓ ਕੀਤੇ ਨੇ ਕਿ ਮੰਡੀਆਂ ਦੀ ਜ਼ਿੰਮੇਵਾਰੀ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਹੁੰਦੀ ਹੈ, ਜ਼ਿਲ੍ਹਾ ਪ੍ਰਸ਼ਾਸਨ ਜਾ ਕੇ ਜਿਹੜੀ MSP 'ਤੇ ਖਰੀਦ ਯਕੀਨੀ ਬਣਾਵੇ ਸਾਰੇ ਪੰਜਾਬ ਦੇ ਵਿੱਚ। ਔਰ ਜੇ ਕੋਈ ਆੜ੍ਹਤੀਆ ਔਰ ਸ਼ੈਲਰਾਂ ਵਾਲਾ ਕਿਤੇ ਕਿਸਾਨ ਦੀ ਕੋਈ ਲੁੱਟ ਕਰਦਾ ਤਾਂ ਉਹਦੇ ਉੱਤੇ ਬਣਦੀ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ, ਇਹ ਇਹ ਮੰਗਣ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਦਾ ਘਿਰਾਓ ਕਰਕੇ ਬੈਠੇ ਹੋਏ। ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਅਸੀਂ ਸਰਕਾਰੀ ਖਰੀਦ ਕਰ ਰਹੇ ਹੈਗੇ ਆ, ਕੀ ਲਿਫਟਿੰਗ ਦੇ ਵਿੱਚ ਦਿੱਕਤ ਆ ਰਹੀ ਹੈਗੀ, ਕੀ ਦਿੱਕਤ ਕੀ ਹੈ? ਵੇਖੋ ਜੀ, ਜਿਹੜੀ ਖਰੀਦ ਦੇ ਵਿੱਚ ਵੀ ਵੱਡੀ ਲਿਫਟਿੰਗ ਦਿੱਕਤ ਆ ਰਹੀ ਆ, ਇੱਕ ਟਰਾਲੀਆਂ ਦੋ ਹੁਣੇ ਆ ਖੜੀਆਂ ਹੋਈਆਂ ਜਿਹੜੀਆਂ ਮੁੜ ਕੇ ਆਈਆਂ ਮੰਡੀਆਂ 'ਚ ਮੋੜ ਦਿੱਤੀਆਂ ਵੀ, ਜੇ ਤਾਂ ਤੁਸੀਂ ਘੱਟ ਰੇਟ 'ਤੇ ਵੇਚਣੀਆਂ ਤਾਂ ਅਸੀਂ ਵੇਚ ਦਿੰਦੇ ਹਾਂ, ਜੇ ਨਹੀਂ ਅਤੇ ਪੂਰੇ ਰੇਟ 'ਤੇ ਵੇਚਣੀਆਂ ਤਾਂ ਫਿਰ ਅਸੀਂ ਨਹੀਂ ਵੇਚਦੇ। ਯਾਨੀ ਕਿਸਾਨਾਂ ਨੂੰ ਪਰਚੀ ਪੂਰੀ ਦਿੱਤੀ ਜਾਂਦੀ ਹੈ ਪਰ ਪੈਸੇ ਜਿਹੜੇ ਉਹ ਘੱਟ ਦਿੱਤੇ ਜਾ ਰਹੇ ਨੇ। ਉਹ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਜਿਹੜੀ ਸਰਕਾਰੀ ਖਰੀਦ 'ਤੇ ਬੰਦ ਹੋ ਗਈ, ਸਰਕਾਰੀ ਖਰੀਦ ਹੋਣੀ ਨਹੀਂ, ਤੁਸੀਂ ਪ੍ਰਾਈਵੇਟ ਖਰੀਦ 'ਤੇ ਵੇਚ ਦਿਓ। ਇਹ ਲਗਾਤਾਰ ਸਾਨੂੰ ਜਿਹੜੀਆਂ ਥੱਲੇ ਦੀਆਂ ਖਬਰਾਂ ਆ ਰਹੀਆਂ ਨੇ, ਔਰ ਇਹ ਮਿਲਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਮਿਲਿਆ ਹੋਇਆ, ਮਾਰਕੀਟ ਕਮੇਟੀ ਵਾਲੇ ਮਿਲੇ ਹੋਏ ਨੇ, ਏਜੰਸੀਆਂ ਵਾਲੇ, ਸ਼ੈਲਰਾਂ ਵਾਲੇ, ਆੜ੍ਹਤੀਏ ਵਾਲੇ ਔਰ MLA, ਸਾਰਾ ਜਿਹੜਾ ਇਹ ਗੱਠਜੋੜ ਇੱਕ ਬਣਿਆ ਹੋਇਆ ਕਿ ਕਿਸਾਨਾਂ ਦੀ ਇਸ ਵਾਰੀ ਵੱਡੀ ਲੁੱਟ ਕੀਤੀ ਜਾ ਰਹੀ, ਉਹ ਰੋਕਣ ਲਈ ਅਸੀਂ ਸੰਘਰਸ਼ ਦੇ ਮੈਦਾਨ 'ਚ। ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਔਰ ਕਿੱਥੇ ਬੈਠੇ ਹੋ? ਅਸੀਂ DC ਦਫ਼ਤਰ ਫਿਰੋਜ਼ਪੁਰ ਦੇ ਸਾਹਮਣੇ ਬੈਠੇ ਹੋਏ ਹਾਂ। ਗੇਟ 'ਤੇ ਅੱਗੇ ਘਿਰਾਓ ਕੀਤਾ ਹੋਇਆ, ਨਾ ਕੁਛ ਅਸੀਂ ਅੰਦਰ ਜਾਣ ਦੇਣਾ ਨਾ ਬਾਹਰ ਆਉਣ ਦੇਣਾ। 11 ਤੋਂ ਲੈ ਕੇ 3 ਵਜੇ ਤੱਕ ਸਾਡਾ ਘਿਰਾਓ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਮੀਤ ਸਿੰਘ, ਮੈਂ ਸੂਬਾ ਜਨ ਸਕੱਤਰ ਕ੍ਰਾਂਤੀਕਾਰੀ ਕਿਸਾਨ ਪੰਜਾਬ। ਇਹ ਜਿਹੜਾ ਧਰਨਾ ਸੀ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਦੇ ਲਾਇਆ, DC ਆਫਿਸ ਫਿਰੋਜ਼ਪੁਰ ਦੇ ਮੂਹਰੇ ਗੇਟ ਤਾਲਾ ਬੰਦ ਕਰਕੇ ਔਰ 4 ਘੰਟੇ ਵਾਸਤੇ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਕਾਲ ਆ, ਔਰ ਵਜ੍ਹਾ ਜਿਹੜੀ ਉਹ ਸਾਡੇ ਪੰਜਾਬ ਦੇ ਵਿੱਚ ਝੋਨਾ ਜਿਹੜਾ ਬੁਰੀ ਤਰ੍ਹਾਂ ਰੁੜ ਰਿਹਾ ਮੰਡੀਆਂ ਦੇ ਵਿੱਚ, ਔਰ ਜਿਹੜਾ ਇਹ ਤਾਣਾ ਬਾਣਾ ਸਰਕਾਰ ਔਰ 3 ਮਾਫੀਆ ਰਲ ਕੇ ਵੱਡੇ ਪੱਧਰ 'ਤੇ ਕਿਸਾਨਾਂ ਦੇ 1000 ਕਰੋੜ ਰੁਪਈਆ ਜਿਹੜਾ ਹੜੱਪਣਾ ਚਾਹੁੰਦੇ ਆ, ਔਰ ਬਹਾਨੇ ਤਰ੍ਹਾਂ ਤਰ੍ਹਾਂ ਦੇ ਬਣਾ ਰਹੇ ਆ। ਮੰਡੀ ਦੇ ਵਿੱਚ ਖਰੀਦ ਦਾ ਪ੍ਰਬੰਧ ਬਹੁਤ ਢਿੱਲਾ ਹੈ, ਔਰ ਲਿਫਟਿੰਗ ਦਾ ਜਿਹੜਾ ਮੈਂ ਸਮਝਣਾ 2 ਲੱਖ ਮੀਟਰ ਟਨ ਪੰਜਾਬ ਦੇ ਵਿੱਚ ਝੋਨਾ ਜਿਹੜਾ ਉਹ ਲਗਭਗ 80% ਤੋਂ ਵੱਧ ਜਿਹੜਾ ਉਹ ਮੰਡੀਆਂ 'ਚ ਪਹੁੰਚ ਚੁੱਕਾ ਹੈ, ਔਰ ਜਿਹੜੀ ਖਰੀਦ ਜਿਹੜੀ ਬਹੁਤ ਘੱਟ ਹੋ ਰਹੀ ਹੈ ਔਰ ਲਿਫਟਿੰਗ ਨਹੀਂ ਹੋ ਰਹੀ ਹੈ, 0 ਰਿਜ਼ਲਟ ਹੈ ਲਿਫਟਿੰਗ ਦਾ, ਔਰ ਚੁੱਕਿਆ ਨਹੀਂ ਜਾ ਰਿਹਾ, ਔਰ ਜਿਹੜਾ ਜਾ ਰਿਹਾ ਕਿਸਾਨਾਂ ਦਾ ਜਿਹੜਾ ਝੋਨਾ ਜਾ ਰਿਹਾ ਉਹਦੇ 'ਤੇ ਕਹਿ ਰਹੇ ਨੇ 200 ਰੁਪਈਆ ਜਿਹੜਾ ਉਹ ਸਰਕਾਰ ਕੱਟ ਲਾ ਰਹੀ ਹੈ ਆੜ੍ਹਤੀਏ ਔਰ ਸੈਲਰਾਂ ਵਾਲੇ, ਔਰ ਸੈਲਰਾਂ ਦੇ ਵਿੱਚ ਜਦੋਂ ਗੱਡੀਆਂ ਜਾਂਦੀਆਂ ਆੜ੍ਹਤੀਆਂ ਨੂੰ ਤੰਗ ਪਰੇਸ਼ਾਨ ਕਰਕੇ 200 ਰੁਪਈਏ ਦਾ ਜਿਹੜਾ ਇਹ 3 ਜਿਹੜੀਆਂ ਧਿਰਾਂ ਰਲ ਗਈਆਂ ਨੇ, ਇੱਕ ਸਰਕਾਰ, ਇੱਕ ਆੜ੍ਹਤੀ ਔਰ ਇੱਕ ਸੈਲਰਾਂ ਵਾਲੇ, ਜਿਹੜਾ ਪ੍ਰਸ਼ਾਸਨ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲੀਅਰ ਇਹਦੇ ਵਿੱਚ ਹੋਇਆ, ਔਰ 44,000 ਕਰੋੜ ਰੁਪਈਆ CCL ਜਿਹੜੀ ਲਿਮਿਟ ਜਾਰੀ ਸੈਂਟਰ ਗੌਰਮੈਂਟ ਨੇ ਕੀਤੀ ਆ, ਉਹਦਾ ਝੋਨਾ ਉਹਦੀ ਏਵਜ ਦੇ ਵਿੱਚ ਚੌਲ ਜਾਣੇ ਸੀ, ਔਰ ਸਪੇਸ ਦੀ ਜਿਹੜੀ ਵਜ੍ਹਾ ਸੈਲਰਾਂ ਵਾਲੇ ਦੱਸ ਰਹੇ ਆ, 1 ਸਾਲ ਤੋਂ ਬੁਰੀ ਤਰ੍ਹਾਂ ਸਰਕਾਰ ਜਿਹੜੀ ਇਹ ਫੇਲ ਹੋਈ ਹੈ। ਅੱਜ ਜੋ ਮਰਜ਼ੀ ਢਿੰਡੋਰਾ ਪਿੱਟਦਾ ਫਿਰਦਾ ਪੰਜਾਬ ਦਾ CM, ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਇਹ ਫੇਲ ਹੋਏ ਨੇ। ਇਸ ਕਰਕੇ ਅਸੀਂ ਆ 3 ਘੰਟੇ ਦਾ ਪ੍ਰੋਗਰਾਮ, ਅੱਜ 4 ਘੰਟੇ ਦਾ ਜਿਹੜਾ DC ਆਫਿਸ ਦਾ ਘਿਰਾਓ ਆ, ਸਾਰੇ ਪੰਜਾਬ ਲੈਵਲ 'ਤੇ ਹੋਵੇਗਾ ਇਸ ਸਕੇਮ ਦਾ। ਅਗਲੀ ਮੀਟਿੰਗ ਕਰਨਗੇ ਪੰਜਾਬ ਦੇ ਲੀਡਰ ਜਿਹੜੇ ਸਾਡੇ ਸਟੇਟ ਦੇ ਜਿਹੜੇ ਬਾਡੀ ਦੇ ਲੀਡਰ ਆ, ਉਹ SKM ਦੀ ਮੀਟਿੰਗ ਹੋਵੇਗੀ, ਔਰ ਉਹਦੇ 'ਤੇ ਕਰੜਾ ਫੈਸਲਾ, ਇਸ ਤੋਂ ਵੀ ਸਖਤ ਫੈਸਲਾ, ਕਿਉਂਕਿ ਥੋੜ੍ਹਾ ਥੋੜ੍ਹਾ ਅੱਗੇ ਇਸ ਦੀ ਟ੍ਰੈਫਿਕ 4-4 ਘੰਟੇ ਜਾਮ ਕੀਤਾ, ਅੱਜ DC ਆਫਿਸ ਜਾਮ ਕਰ ਰਹੇ ਹਾਂ। ਇਸ ਤੋਂ ਅੱਗੇ ਜੇ ਸਰਕਾਰ ਨੇ ਸਾਡੀ ਨਾਂ ਸੁਣੀ, ਔਰ 20 ਦਿਨਾਂ ਦੇ ਵਿੱਚ ਅਸੀਂ DAP ਵੀ ਪ੍ਰੋਵਾਈਡ ਕਰਾਉਣੀ ਸਰਕਾਰ ਨੇ, ਅਸੀਂ ਦੂਜੀ ਕਣਕ ਦਾ ਫਸਲ ਬੀਜਣੀ ਹੈ, ਬੁਰੀ ਤਰ੍ਹਾਂ ਸਰਕਾਰ ਫੇਲ ਹੋਈ ਹੈ, ਇਹਦੇ ਵਾਸਤੇ ਕਰੜਾ ਫੈਸਲਾ ਲਿਆ ਜਾ ਸਕਦਾ ਜੀ। ਮੇਰਾ ਪ੍ਰਗਟ ਸਿੰਘ ਤਲਵੰਡੀ ਨੇਪਾਲਾ, ਸੂਬਾ ਸਕੱਤਰ BK ਰਾਜੇਵਾਲ। ਪੁਰ ਜ਼ਿਲ੍ਹੇ ਦੇ ਵਿੱਚ ਹੁਣ ਤੀਕਰ ਕਿੰਨੀ ਜਿਹੜੀ ਹੈ ਫਸਲ ਦੀ ਖਰੀਦ ਹੋ ਚੁੱਕੀ ਹੈ? ਜੀ ਸਰ,
ਫਿਰੋਜ਼ਪੁਰ ਜ਼ਿਲ੍ਹੇ 'ਚ ਹੁਣ ਤੱਕ 5,29,954 ਐਮ ਟੀ ਅਰਾਈਵਲ ਆਈ ਹੈ, ਜਿਹਦੇ ਵੱਲੋਂ ਸਟੇਟ ਏਜੰਸੀ ਵੱਲੋਂ 5,15,554 ਐਮ ਟੀ, ਜੋ ਕਿ 97% ਬੰਦਾ ਹੈ, ਉਹ ਖਰੀਦ ਕਰ ਚੁੱਕੀ ਹੈ। ਰੋਜ਼ ਦੀ ਆਮਦ ਆ ਰਹੀ ਹੈ ਤਾਂ ਉਹਨੂੰ ਨਾਲ ਸੁਕਾ ਕੇ ਸਾਫ਼ ਕਰਵਾ ਕੇ ਖਰੀਦ ਕਰਵਾਇਆ ਜਾ ਰਿਹਾ ਹੈ। ਸਰ, ਕਿੰਨੀਆਂ ਮੰਡੀਆਂ ਜਿਹੜੀਆਂ ਨੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈਗੀਆਂ ਨੇ? 127 ਮੰਡੀਆਂ ਨੇ ਅਤੇ 77 ਮੰਡੀ ਯਾਰਡ ਅਡੀਸ਼ਨਲ ਬਣਾਏ ਗਏ ਨੇ। ਸਰ, ਲਿਫਟਿੰਗ ਦੀ ਜਿਹੜੀ ਦਿੱਕਤ ਆ ਰਹੀ ਹੈਗੀ ਸੀਗੀ, ਕਾਫ਼ੀ ਦਿੱਕਤ ਸੀਗੀ, ਤਾਂ ਉਸ ਨੂੰ ਲੈ ਕੇ ਹੱਲ ਕੀਤਾ ਗਿਆ? ਹਾਂਜੀ, ਸਾਰੇ ਮਸਲੇ ਹੱਲ ਹੋ ਗਏ ਹੈ। ਇਹ ਸਟਾਰਟਿੰਗ ਵਿੱਚ ਪ੍ਰੋਬਲਮ ਸੀ, ਹੁਣ ਇੱਕ ਹਫ਼ਤੇ ਤੋਂ ਕਾਫ਼ੀ ਵਧੀਆ ਲਿਫਟਿੰਗ ਚੱਲ ਰਹੀ ਹੈ। ਕੱਲ੍ਹ ਦੀ ਡੇਜ਼ ਲਿਫਟਿੰਗ ਸਾਡੀ 30,475 ਐਮ ਟੀ ਇੱਕ ਦਿਨ 'ਚ ਅਸੀਂ ਲਿਫਟਿੰਗ ਕਰਵਾਤੀ ਹੈ। ਟੋਟਲ 1,30,661 ਐਮ ਟੀ ਲਿਫਟਿੰਗ ਕਰਾਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਸਪੀਡ ਤੇਜ਼ ਕਰਕੇ ਇਹਨੂੰ ਹੋਰ ਜਲਦੀ ਜਲਦੀ ਖਤਮ ਕਰਾਂਗੇ। ਸਰ, ਕਿਸਾਨਾਂ ਵੱਲੋਂ ਇਹ ਆਰੋਪ ਲਗਾਇਆ ਜਾ ਰਿਹਾ ਸੀ, ਜਿਹੜਾ ਧਰਨਾ ਲਗਾਇਆ ਹੈਗਾ ਬਾਹਰ, ਕਿ ਕਈ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਜਿਹੜੀ ਉਹ ਨਹੀਂ ਹੋ ਰਹੀ, ਕਿ ਇੱਦਾਂ ਦੀ ਕੋਈ ਗੱਲ ਹੈਗੀ ਹੈ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਜਿੱਥੇ ਵੀ ਕੋਈ ਕੰਪਲੇਂਟ ਆਉਂਦੀ, ਅਸੀਂ ਫੌਰਨ ਰਿਐਕਸ਼ਨ ਕਰਦੇ ਹਾਂ। ਸਾਡੇ ਮੇਰੇ ਆਫਿਸ ਵੀ ਇੱਕ ਕੰਟਰੋਲ ਰੂਮ ਬਣਿਆ, ਡੀ ਸੀ ਆਫਿਸ ਵੀ ਕੰਟਰੋਲ ਰੂਮ ਬਣਿਆ, ਐਸ ਡੀ ਐਮਸ ਵੱਲੋਂ ਵੀ ਪੂਰੀ ਉਹਦੇ ਵਿੱਚ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ। ਜਿੱਥੇ ਵੀ ਕੋਈ ਕੰਪਲੇਂਟ ਆਉਂਦੀ ਹੈ, ਅਸੀਂ ਉਹਦੇ 'ਤੇ ਫੌਰਨ ਕਾਰਵਾਈ ਕਰਦੇ ਹਾਂ। ਮੰਡੀਆਂ ਦੇ ਵਿੱਚ ਸਰ ਪ੍ਰਬੰਧ ਜਿਹੜੇ ਆ ਪੂਰੇ ਹੈਗੇ ਆ, ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਾ? ਬਿਲਕੁਲ, ਬਹੁਤ ਵਧੀਆ ਪ੍ਰਬੰਧ ਨੇ, ਕੋਈ ਦਿੱਕਤ ਨਹੀਂ ਆਉਂਦੀ ਜਾ।